ਸਤਿਕਾਰਯੋਗ ਪੰਜਾਬੀਓ, ਅੱਜ ਅਮਿਤ ਸ਼ਾਹ ਨੇ ਲੁਧਿਆਣੇ ਆਉਣਾ ਔਰ ਉਹਦਾ ਵਿਰੋਧ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਜਾ ਰਿਹਾ ਅਤੇ ਪੁਲਿਸ ਵੱਲੋਂ ਫੜੋ ਫੜੀ ਕੀਤੀ ਜਾ ਰਹੀ ਆ। ਅੱਜ ਸੁਬਹਾ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੇ ਘਰ ਜਿਹੜੀਆਂ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਉਹਨਾਂ ਨੇ ਛਾਪਾਮਾਰੀ ਕੀਤੀ ਆ। ਸਿਵਲ ਵਰਦੀਆਂ 'ਚ ਆਏ ਆ, ਸਾਰੇ ਹਿੰਦੀ ਬੋਲਣ ਵਾਲੇ ਸੀ, ਉਹਦੇ 'ਚ ਕੋਈ ਵੀ ਪੰਜਾਬ ਦਾ ਅਧਿਕਾਰੀ ਨਹੀਂ ਸੀਗਾ। ਘਰ ਦੀ ਤਲਾਸ਼ੀ ਲਈ, ਮੋਬਾਈਲ ਫੋਨ ਦੇਖਿਆ, ਵਟਸਐਪ ਚੈੱਕ ਕੀਤਾ ਵੀ ਕਿਹਨੂੰ ਫੋਨ ਕੀਤੇ ਗਏ, ਕਿਹਨੂੰ ਮੈਸੇਜ ਕੀਤੇ ਗਏ, ਔਰ ਘਰ ਦੇ ਵਿੱਚ ਪੂਰਾ ਦਹਿਸ਼ਤ ਦਾ ਮਾਹੌਲ ਬਣਾਇਆ, ਸੀਸੀਟੀਵੀ ਕੈਮਰੇ ਤੱਕ ਚੈੱਕ ਕੀਤੇ ਗਏ। ਜੇ ਪੰਜਾਬ ਜਿੱਥੇ ਆਪਾਂ ਕਹਿੰਦੇ ਹਾਂ ਕਿ ਕੇਂਦਰ ਦਾ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਲਾਅ ਐਂਡ ਆਰਡਰ ਜਿਹੜਾ ਸਟੇਟ ਸਬਜੈਕਟ ਆ, ਪਰ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਪੰਜਾਬ ਦੇ ਵਿੱਚ ਕਿਸਾਨ ਆਗੂਆਂ ਦੇ ਘਰਾਂ ਛਾਪੇਮਾਰੀ ਕਰ ਰਹੀਆਂ ਨੇ, ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੀ ਸੂਬਿਆਂ ਦੇ ਅਧਿਕਾਰਾਂ ਨੂੰ ਬਿਲਕੁਲ ਹੀ ਕੇਂਦਰ ਨੂੰ ਸੌਂਪ ਚੁੱਕੀ ਆ। ਇਸ ਤੋਂ ਪਹਿਲਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚੋਂ ਪੰਜਾਬ ਨੂੰ ਕੱਢਿਆ, BSF ਨੂੰ ਪੰਜਾਬ ਦੇ 50 ਕਿਲੋਮੀਟਰ ਆਉਣ ਤੱਕ ਦਾ ਜਿਹੜਾ ਸੀਗਾ ਉਹ ਅਧਿਕਾਰ ਦਿੱਤਾ, ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਸਰਵਿਸ ਰੂਲ ਜਿਹੜੇ ਸੀ ਖਤਮ ਕਰ ਦਿੱਤੇ ਗਏ, ਅਤੇ ਮੋਦੀ ਨੇ ਜਦੋਂ ਪੰਜਾਬ 'ਚ ਆਉਣਾ 4 ਸੂਬਿਆਂ ਦੀ ਪੁਲਿਸ ਇੱਥੇ ਲਾਈ ਗਈ। ਕਿਸਾਨ ਜਥੇਬੰਦੀਆਂ ਦੇ ਜਿਹੜੇ ਵਿਰੋਧ ਪ੍ਰਦਰਸ਼ਨ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਪਰਸੋਂ ਜਦੋਂ ਅਸੀਂ ਜਲੰਧਰ ਜਾ ਰਹੇ ਤਾਂ BSF ਨੇ ਸਾਨੂੰ ਰੋਕਿਆ। ਬਾਰਡਰ ਸਿਕਿਉਰਿਟੀ ਫੋਰਸ ਦੇ ਆਮ ਸਿਵਿਲੀਅਨ ਲੋਕਾਂ 'ਤੇ ਲਾਈ ਜਾ ਰਹੀ ਹੈਗੀ ਆ, ਅਤੇ ਕੇਂਦਰ ਦੀ ਮੋਦੀ ਅਤੇ RSS ਦੀ ਸਰਕਾਰ ਪੰਜਾਬ ਦੇ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੁੰਦੀ ਆ, ਇਹ ਗੱਲ ਅੱਜ ਜਿਹੜੀ ਹੈਗੀ ਆ ਸਾਫ਼ ਹੋ ਚੁੱਕੀ ਆ। ਔਰ ਜੋ ਇਹਨਾਂ ਦੇ ਆਗੂ ਲਗਾਤਾਰ ਬੋਲ ਰਹੇ ਆ ਕਿ 2 ਤਰੀਕ ਤੋਂ ਬਾਅਦ ਦੇਖਾਂਗੇ, ਉਹ ਵੀ ਭਾਜਪਾ ਦੀ ਜਿਹੜੀ ਸਿਖਰਲੀ ਲੀਡਰਸ਼ਿਪ ਆ ਉਹਦੇ ਇਸ਼ਾਰੇ 'ਤੇ ਬੋਲ ਰਹੇ ਆ। ਅੱਜ ਉਹ ਕਿਸਾਨ ਆਗੂਆਂ ਦੇ ਘਰਾਂ 'ਤੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਨੇ ਜਿਹੜੀ ਹੈਗੀ ਆ ਰੇਡ ਕੀਤੀ ਆ ਔਰ ਗ੍ਰਿਫਤਾਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਪੰਜਾਬ ਦੀ ਭਗਵੰਤ ਮਾਨ ਸਰਕਾਰ, ਇਹ ਸਭ ਕੁਛ ਉਹਦੀ ਸ਼ਹਿ 'ਤੇ ਹੋ ਰਿਹਾ, ਇਹ ਭਾਜਪਾ ਦੀ ਬੀ ਟੀਮ ਬਣ ਕੇ ਜਿਹੜਾ ਹੈਗੀ ਆ ਉਹ ਕੰਮ ਕਰ ਰਹੀ ਹੈਗੀ ਆ। ਜੇਕਰ ਇਹ ਭਗਵੰਤ ਮਾਨ ਹੋਰੀ ਕਹਿੰਦੇ ਕਿ ਸਾਨੂੰ 13 ਬੰਦੇ ਜਿਤਾਓ, 13 ਹੱਥ ਜਿਹੜੇ ਸਾਡੇ ਪਾਰਲੀਮੈਂਟ 'ਚ ਆਣੇ ਆ, ਜਿਹੜੇ ਪਹਿਲਾਂ 92 ਦੇ ਹੱਥ ਆ, ਕੀ ਉਹ ਟੁੰਡ ਬਣ ਚੁੱਕੇ ਆ? ਕੀ ਉਹ ਪੰਜਾਬ ਦੇ ਹੱਕਾਂ ਲਈ ਨਹੀਂ ਬੋਲਣਗੇ? ਕੀ ਅਮਿਤ ਸ਼ਾਹ ਦੇ ਨਾਲ ਜਿਹੜੀ ਤੁਹਾਡੀ ਯਾਰੀ ਆ ਤੁਸੀਂ ਇੱਦਾਂ ਪੰਜਾਬ ਦੇ ਵਿੱਚੋਂ ਪਕਾਉਣਾ ਚਾਹੁੰਦੇ ਹੋ? ਇਸ ਕਰਕੇ ਜਿਸ ਤਰ੍ਹਾਂ ਦੀ ਫਾਸ਼ੀਵਾਦੀ ਤਾਨਾਸ਼ਾਹੀ ਮੋਦੀ ਅਤੇ RSS ਦੀ ਸਰਕਾਰ ਇਸ ਮੁਲਕ 'ਚ ਬਣਾਉਣਾ ਚਾਹੁੰਦੀ ਆ, ਪੰਜਾਬ ਉਹਨਾਂ ਨੂੰ ਰੜਕਦਾ ਹੈਗਾ। ਇਸ ਕਰਕੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਦਾ, ਜੋ ਅੱਜ ਨਿਰਭੈ ਸਿੰਘ ਢੁੱਡੀਕੇ ਸਾਡੇ ਸੂਬਾ ਪ੍ਰਧਾਨ ਨੇ ਕਿਰਤੀ ਕਿਸਾਨ ਯੂਨੀਅਨ ਦੇ, ਉਹਨਾਂ ਨੂੰ ਰੇਡ ਕੀਤੀ, ਉਹਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਉਹਨਾਂ ਨੇ ਕੋਸ਼ਿਸ਼ ਕੀਤੀ ਆ, ਇਹਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਔਰ ਸਮੁੱਚੇ ਪੰਜਾਬੀਆਂ ਨੂੰ, ਭਗਵੰਤ ਮਾਨ ਨੂੰ ਇਹ ਸਵਾਲ ਕਰਨਾ ਚਾਹੀਦਾ ਕਿ ਉਹ ਸੂਬਿਆਂ ਦੇ ਅਧਿਕਾਰ ਬਿਲਕੁਲ ਕੇਂਦਰ ਨੂੰ ਸੌਂਪ ਚੁੱਕਾ ਜਾਂ ਪੰਜਾਬ ਦੇ ਨਾਲ ਖੜਨ ਦਾ ਮਾਦਾ ਰੱਖ। ਸਤਿਕਾਰਯੋਗ ਪੰਜਾਬੀਓ, ਅੱਜ ਅਮਿਤ ਸ਼ਾਹ ਨੇ ਲੁਧਿਆਣੇ ਆਉਣਾ ਔਰ ਉਹਦਾ ਵਿਰੋਧ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤਾ ਜਾ ਰਿਹਾ ਅਤੇ ਪੁਲਿਸ ਵੱਲੋਂ ਫੜੋ ਫੜੀ ਕੀਤੀ ਜਾ ਰਹੀ ਆ। ਅੱਜ ਸੁਬਹਾ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੇ ਘਰ ਜਿਹੜੀਆਂ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਉਹਨਾਂ ਨੇ ਛਾਪਾਮਾਰੀ ਕੀਤੀ ਆ। ਸਿਵਲ ਵਰਦੀਆਂ 'ਚ ਆਏ ਆ, ਸਾਰੇ ਹਿੰਦੀ ਬੋਲਣ ਵਾਲੇ ਸੀ, ਉਹਦੇ 'ਚ ਕੋਈ ਵੀ ਪੰਜਾਬ ਦਾ ਅਧਿਕਾਰੀ ਨਹੀਂ ਸੀਗਾ। ਘਰ ਦੀ ਤਲਾਸ਼ੀ ਲਈ, ਮੋਬਾਈਲ ਫੋਨ ਦੇਖਿਆ, ਵਟਸਐਪ ਚੈੱਕ ਕੀਤਾ ਵੀ ਕਿਹਨੂੰ ਫੋਨ ਕੀਤੇ ਗਏ, ਕਿਹਨੂੰ ਮੈਸੇਜ ਕੀਤੇ ਗਏ, ਔਰ ਘਰ ਦੇ ਵਿੱਚ ਪੂਰਾ ਦਹਿਸ਼ਤ ਦਾ ਮਾਹੌਲ ਬਣਾਇਆ, CCTV ਕੈਮਰੇ ਤੱਕ ਚੈੱਕ ਕੀਤੇ ਗਏ। ਜੇ ਪੰਜਾਬ ਜਿੱਥੇ ਆਪਾਂ ਕਹਿੰਦੇ ਹਾਂ ਕਿ ਕੇਂਦਰ ਦਾ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਲਾਅ ਐਂਡ ਆਰਡਰ ਜਿਹੜਾ ਸਟੇਟ ਸਬਜੈਕਟ ਆ, ਪਰ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਪੰਜਾਬ ਦੇ ਵਿੱਚ ਕਿਸਾਨ ਆਗੂਆਂ ਦੇ ਘਰਾਂ ਛਾਪੇਮਾਰੀ ਕਰ ਰਹੀਆਂ ਨੇ, ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੀ ਸੂਬਿਆਂ ਦੇ ਅਧਿਕਾਰਾਂ ਨੂੰ ਬਿਲਕੁਲ ਹੀ ਕੇਂਦਰ ਨੂੰ ਸੌਂਪ ਚੁੱਕੀ ਆ। ਇਸ ਤੋਂ ਪਹਿਲਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚੋਂ ਪੰਜਾਬ ਨੂੰ ਕੱਢਿਆ, BSF ਨੂੰ ਪੰਜਾਬ ਦੇ 50 ਕਿਲੋਮੀਟਰ ਆਉਣ ਤੱਕ ਦਾ ਜਿਹੜਾ ਸੀਗਾ ਉਹ ਅਧਿਕਾਰ ਦਿੱਤਾ, ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਸਰਵਿਸ ਰੂਲ ਜਿਹੜੇ ਸੀ ਖਤਮ ਕਰ ਦਿੱਤੇ ਗਏ, ਅਤੇ ਮੋਦੀ ਨੇ ਜਦੋਂ ਪੰਜਾਬ 'ਚ ਆਉਣਾ 4 ਸੂਬਿਆਂ ਦੀ ਪੁਲਿਸ ਇੱਥੇ ਲਾਈ ਗਈ। ਕਿਸਾਨ ਜਥੇਬੰਦੀਆਂ ਦੇ ਜਿਹੜੇ ਵਿਰੋਧ ਪ੍ਰਦਰਸ਼ਨ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਪਰਸੋਂ ਜਦੋਂ ਅਸੀਂ ਜਲੰਧਰ ਜਾ ਰਹੇ ਤਾਂ BSF ਨੇ ਸਾਨੂੰ ਰੋਕਿਆ।
ਬਾਰਡਰ ਸਿਕਿਉਰਿਟੀ ਫੋਰਸ ਦੇ ਆਮ ਸਿਵਲੀਅਨ ਲੋਕਾਂ ਤੇ ਲਾਈ ਜਾ ਰਹੀ ਹੈਗੀ ਆ, ਤੇ ਕੇਂਦਰ ਦੀ ਮੋਦੀ ਤੇ ਆਰਐਸਐਸ ਦੀ ਸਰਕਾਰ ਪੰਜਾਬ ਦੇ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੁੰਦੀ ਆ, ਇਹ ਗੱਲ ਅੱਜ ਜਿਹੜੀ ਹੈਗੀ ਆ ਸਾਫ਼ ਹੋ ਚੁੱਕੀ ਆ। ਔਰ ਜੋ ਇਹਨਾਂ ਦੇ ਆਗੂ ਲਗਾਤਾਰ ਬੋਲ ਰਹੇ ਆ ਕਿ 2 ਤਰੀਕ ਤੋਂ ਬਾਅਦ ਦੇਖਾਂਗੇ, ਉਹ ਵੀ ਭਾਜਪਾ ਦੀ ਜਿਹੜੀ ਸਿਖਰਲੀ ਲੀਡਰਸ਼ਿਪ ਆ ਉਹਦੇ ਇਸ਼ਾਰੇ ਤੇ ਬੋਲ ਰਹੇ ਆ। ਅੱਜ ਉਹ ਕਿਸਾਨ ਆਗੂਆਂ ਦੇ ਘਰਾਂ ਤੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਨੇ ਜਿਹੜੀ ਹੈਗੀ ਆ ਰੇਡ ਕੀਤੀ ਆ ਔਰ ਗ੍ਰਿਫਤਾਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ। ਪੰਜਾਬ ਦੀ ਭਗਵੰਤ ਮਾਨ ਸਰਕਾਰ, ਇਹ ਸਭ ਕੁਛ ਉਹਦੀ ਸ਼ਹਿ ਤੇ ਹੋ ਰਿਹਾ, ਇਹ ਭਾਜਪਾ ਦੀ ਬੀ ਟੀਮ ਬਣ ਕੇ ਜਿਹੜਾ ਹੈਗੀ ਆ ਉਹ ਕੰਮ ਕਰ ਰਹੀ ਹੈਗੀ ਆ। ਜੇਕਰ ਇਹ ਭਗਵੰਤ ਮਾਨ ਹੋਰੀ ਕਹਿੰਦੇ ਕਿ ਸਾਨੂੰ 13 ਬੰਦੇ ਜਿਤਾਓ, 13 ਹੱਥ ਜਿਹੜੇ ਸਾਡੇ ਪਾਰਲੀਮੈਂਟ 'ਚ ਆਣੇ ਆ, ਜਿਹੜੇ ਪਹਿਲਾਂ 92 ਦੇ ਹੱਥ ਆ, ਕੀ ਉਹ ਟੁੰਡ ਬਣ ਚੁੱਕੇ ਆ? ਕੀ ਉਹ ਪੰਜਾਬ ਦੇ ਹੱਕਾਂ ਲਈ ਨਹੀਂ ਬੋਲਣਗੇ? ਕੀ ਅਮਿਤ ਸ਼ਾਹ ਦੇ ਨਾਲ ਜਿਹੜੀ ਤੁਹਾਡੀ ਯਾਰੀ ਆ ਤੁਸੀਂ ਇੱਦਾਂ ਪੰਜਾਬ ਦੇ ਵਿੱਚੋਂ ਪਕਾਉਣਾ ਚਾਹੁੰਦੇ ਹੋ? ਇਸ ਕਰਕੇ ਜਿਸ ਤਰ੍ਹਾਂ ਦੀ ਫਾਸ਼ੀਵਾਦੀ ਤਾਨਾਸ਼ਾਹੀ ਮੋਦੀ ਤੇ ਆਰਐਸਐਸ ਦੀ ਸਰਕਾਰ ਇਸ ਮੁਲਕ 'ਚ ਬਣਾਉਣਾ ਚਾਹੁੰਦੀ ਆ, ਪੰਜਾਬ ਉਹਨਾਂ ਨੂੰ ਰੜਕਦਾ ਹੈਗਾ। ਇਸ ਕਰਕੇ ਕੇਂਦਰ ਦੀਆਂ ਸੁਰੱਖਿਆ ਏਜੰਸੀਆਂ ਦਾ, ਜੋ ਅੱਜ ਨਿਰਭੈ ਸਿੰਘ ਢੁੱਡੀ ਕੇ ਸਾਡੇ ਸੂਬਾ ਪ੍ਰਧਾਨ ਨੇ ਕਿਰਤੀ ਕਿਸਾਨ ਯੂਨੀਅਨ ਦੇ, ਉਹਨਾਂ ਨੂੰ ਰੇਡ ਕੀਤੀ, ਉਹਨੂੰ ਗ੍ਰਿਫਤਾਰ ਕਰਨ ਦਾ ਜਿਹੜਾ ਉਹਨਾਂ ਨੇ ਕੋਸ਼ਿਸ਼ ਕੀਤੀ ਆ, ਇਹਦਾ ਡਟਵਾਂ ਵਿਰੋਧ ਕਰਨਾ ਚਾਹੀਦਾ। ਔਰ ਸਮੁੱਚੇ ਪੰਜਾਬੀਆਂ ਨੂੰ, ਭਗਵੰਤ ਮਾਨ ਨੂੰ ਇਹ ਸਵਾਲ ਕਰਨਾ ਚਾਹੀਦਾ ਕਿ ਉਹ ਸੂਬਿਆਂ ਦੇ ਅਧਿਕਾਰ ਬਿਲਕੁਲ ਕੇਂਦਰ ਨੂੰ ਸੌਂਪ ਚੁੱਕਾ ਜਾਂ ਪੰਜਾਬ ਦੇ ਨਾਲ ਖੜਨ ਦਾ ਮਾਦਾ ਰੱਖ